ਇੱਥੇ 50 ਏਕੜ ਜਿਹੜੀ ਕਣਕ ਉਹ ਮੱਚ ਕੇ ਸਾਰੀ ਫਸਲ ਤਬਾਹ ਹੋ ਗਈ ਹੈ। ਭਗਵੰਤ ਸਿੰਘ ਬੜੇ ਡਰਾਮੇ ਕਰਦਾ ਹੁੰਦਾ ਸੀਗਾ, ਸਕੂਟਰ ਜੇ 'ਤੇ ਬਹਿ ਕੇ ਮਗਰ ਚੱਕੀ ਫਿਰਦਾ ਸੀ, ਯਾਦ ਹੋਣਾ ਤੇਰੇ ਮੋੜੀ ਜੀ ਅੱਗ ਵਜਾਉਂਦਾ ਫਿਰਦਾ ਹੁੰਦਾ। ਇਹ ਲੋਕ ਕੱਲ੍ਹ ਦੇ ਧਰਨੇ 'ਤੇ ਬੈਠੇ ਆ, ਅੱਜ ਵੀ ਖਾਣਾ ਨੰਦ ਕੱਢ ਕੇ ਲਿਆਉਂਦੇ ਆ। ਉਹ ਪਿਛਲੇ ਪਾਸੇ ਸੁੱਚ ਲੱਗੀ ਆ, ਸੁੱਚ ਲੱਗੀ ਆ, ਉੱਥੋਂ ਜਿਹੜਾ ਚਿੰਗਾੜਾ ਡਿੱਗ ਕੇ ਸਾਰੀ ਇਹਨਾਂ ਦੀ ਫਸਲ ਜਿਹੜੀ 50 ਏਕੜ ਕਣਕ ਮੱਚੀ ਆ। ਇੱਕ ਵਾਰੀ ਤੁਹਾਨੂੰ ਸਾਰਾ ਦਿਖਾ ਦਈਏ, ਉਹ 1 ਕਿਲੋਮੀਟਰ ਤੋਂ ਵੀ ਜ਼ਿਆਦਾ ਵਾਟ ਬਣਦੀ ਹੈ। ਇਹ ਪਿੰਡ ਘੁੱਦਾ ਜ਼ਿਲ੍ਹਾ ਬਠਿੰਡਾ ਦਾ ਪਿੰਡ ਹੈ। ਇੱਥੇ 50 ਏਕੜ ਜਿਹੜੀ ਕਣਕ ਉਹ ਮੱਚ ਕੇ ਸਾਰੀ ਫਸਲ ਤਬਾਹ ਹੋ ਗਈ ਆ। ਸੋ ਭਗਵੰਤ ਸਿੰਘ ਬੜੇ ਡਰਾਮੇ ਕਰਦਾ ਹੁੰਦਾ ਸੀਗਾ, ਸਕੂਟਰ ਜੇ 'ਤੇ ਬਹਿ ਕੇ ਮਗਰ ਚੱਕੀ ਫਿਰਦਾ ਸੀ, ਯਾਦ ਹੋਣਾ ਤੇਰੇ ਮੋੜੀ ਜੀ ਅੱਗ ਵਜਾਉਂਦਾ ਫਿਰਦਾ ਹੁੰਦਾ ਸੀ। ਹੁਣ ਤਾਂ ਤੂੰ ਮੁੱਖ ਮੰਤਰੀ ਆ ਯਾਰ। ਇਹ ਲੋਕ ਕੱਲ੍ਹ ਦੇ ਧਰਨੇ 'ਤੇ ਬੈਠੇ ਆ, ਅੱਜ ਵੀ ਠਾਣਾ ਆਨੰਦਗੜ੍ਹ ਘੇਰਿਆ ਹੋਇਆ। ਉਹ ਪਿਛਲੇ ਪਾਸੇ ਸੁੱਚ ਲੱਗੀ ਆ, ਟਰਾਂਸਫਾਰਮ ਦੀ ਸੁੱਚ ਹੀ ਆ ਨਾ, ਸੁੱਚ ਲੱਗੀ ਆ, ਉੱਥੋਂ ਜਿਹੜਾ ਚਿੰਗਾੜਾ ਡਿੱਗ ਕੇ ਸਾਰੀ ਇਹਨਾਂ ਦੀ ਫਸਲ ਜਿਹੜੀ 50 ਏਕੜ ਕਣਕ ਮੱਚੀ ਆ। ਸੋ ਅਣਗਹਿਲੀ ਆ ਮਹਿਕਮੇ ਦੀ, ਇਹ ਸਾਰੇ ਪਿੰਡ ਵਾਲਿਆਂ ਦੀ ਮੰਗ ਹੈ, ਇਹ ਪਰਿਵਾਰਾਂ ਦੀ ਮੰਗ ਹੈ ਕਿ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਲਾਈਟ ਦੇਣੀ ਛੱਡੀ, ਜਦੋਂ ਕਿ ਤੜਕੇ 9 ਵਜੇ ਤੋਂ ਲੈ ਕੇ 5-6 ਵਜੇ ਤੱਕ ਲਾਈਟ ਬੰਦ ਰਹਿੰਦੀ ਆ, ਪਰ ਇਹ ਛੱਡੀ ਹੋਈ ਲਾਈਟ ਦੇ ਵਿੱਚ ਚਿੰਗਾੜਾ ਡਿੱਗਿਆ, ਤਾਂ ਜਾ ਕੇ ਇਹ 50 ਏਕੜ ਦਾ ਨੁਕਸਾਨ ਇਹਨਾਂ ਲੋਕਾਂ ਦਾ ਹੋਇਆ। ਸੋ ਇਹ ਉਹੀ ਪਿੰਡ ਨੇ, ਆਨੰਦਗੜ੍ਹ ਹੋਵੇ, ਘੁੱਦਾ, ਬਾਜਕ, ਬੰਬੀਹਾ, ਇਹ ਪਿੰਡਾਂ ਦੇ ਵਿੱਚ ਪਹਿਲਾਂ ਬਿਰਕਾਂ, ਕਰਮਗੜ੍ਹ, ਛਤਰਾਂ, ਜਦੋਂ ਪਹਿਲਾਂ ਆ ਕੁਛ ਦਿਨ ਪਹਿਲਾਂ ਦੀ ਗੱਲ ਆ, ਮਹੀਨਾ ਕੁ ਹੋਇਆ ਹੋਣਾ ਬਈ ਗੜਿਆਂ ਨੂੰ, ਇਹ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੜੇਮਾਰੀ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਸੀ। ਕੋਈ ਗੁਰਦੌਰੀ ਨਹੀਂ ਉਹਨਾਂ ਦੀ, ਕੋਈ ਸੁਣਵਾਈ ਨਹੀਂ, ਕੋਈ ਇਹਨਾਂ ਲੋਕਾਂ ਨੂੰ ਮੁਆਵਜ਼ਾ ਨਹੀਂ। ਭਾਂਸਿਆਂ ਬੜੇ ਵੱਡੇ ਵੱਡੇ ਵਾਅਦੇ ਕਰਦਾ ਕਿ ਮੈਂ ਮੀਟਿੰਗਾਂ ਬੁਲਾ ਲਈਆਂ ਜੀ, ਮੈਂ ਐਮਰਜੈਂਸੀ ਮੀਟਿੰਗ ਸੱਦ ਲਈ ਜੀ, ਅਸੀਂ ਹੁਣ ਜਿਹੜੀ ਗੁਰਦੌਰੀਆਂ ਕਰਾਂਗੇ ਨਾਲ ਦੀ ਨਾਲ ਮੁਆਵਜ਼ਾ ਦੇਵਾਂਗੇ, ਗੁਰਦੌਰੀਆਂ ਬਾਅਦ 'ਚ ਮੁਆਵਜ਼ਾ ਪਹਿਲਾਂ ਜੇਬ 'ਚ ਆਇਆ ਕਰੂਗਾ। ਇਹ ਬਹੁਤ ਤਰ੍ਹਾਂ ਦੀਆਂ ਗੱਲਾਂ ਲਗਾਤਾਰ 2 ਸਾਲ ਤੋਂ ਸੁਣ ਰਹੇ ਆ ਲੋਕ ਤੇਰੀਆਂ। 2 ਸਾਲਾਂ ਦੇ ਵਿੱਚ ਤੇਰੀ ਸਰਕਾਰ ਦੌਰਾਨ ਜਿੰਨੀਆਂ ਵੀ ਕੁਦਰਤੀ ਆਫਤਾਂ ਆਈਆਂ ਨੇ, ਉਹਨਾਂ ਕੁਦਰਤੀ ਆਫਤਾਂ ਦੇ ਵਿੱਚ ਕਿੰਨਾ ਕੁ ਤੂੰ ਲੋਕਾਂ ਨਾਲ ਖੜਾ, ਬਹੁਤ ਗੱਲਾਂ ਤੂੰ ਹੜਾਂ ਵੇਲੇ ਵੀ ਕੀਤੀਆਂ, ਬਥੇਰੀਆਂ ਫੋਟੋਆਂ ਵੀ ਕਰਾਈਆਂ ਤੂੰ ਉਦੋਂ ਪਹੁੰਚੇ ਚੱਕ ਚੱਕ ਕੇ ਕਿ ਅਸੀਂ ਨਾਲ ਖੜੇ ਹਾਂ ਲੋਕਾਂ ਦੇ, ਪਰ ਉਹ ਵੀ ਲੋਕਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, ਕੋਈ ਪੈਸਾ ਨਹੀਂ ਮਿਲਿਆ, ਗੜੇਮਾਰੀ ਹੋਈ ਤਾਂ ਨਹੀਂ ਕੋਈ ਪੈਸੇ ਮਿਲੇ, ਆਹ ਲੋਕਾਂ ਦੀ ਫਸਲ ਮੱਚ ਗਈ ਆ। ਇਹ ਵੀ ਲੋਕਾਂ ਨੇ ਧਰਨੇ ਧੁਰਨੇ ਲਾ ਕੇ ਇਕੱਠੇ ਹੋ ਕੇ ਅੱਜ ਕਿਤੇ ਜਾ ਕੇ ਇਹਦੀ ਗੁਰਦੌਰੀ ਕਰਕੇ ਲਿਖ ਕੇ ਲੱਗਿਆ, ਗਾਹਾਂ ਪਤਾ ਨਹੀਂ ਵੋਟਾਂ ਤੱਕ ਇਹਨੂੰ ਲਮਕਾ ਦਿਓਗੇ ਲਾਰਾ ਲਾ ਕੇ, ਅਤੇ ਮਿਲਣਾ ਸ਼ਾਇਦ ਇਹਨਾਂ ਲੋਕਾਂ ਨੂੰ ਵੀ ਨਹੀਂ। ਇਹਨਾਂ ਲੋਕਾਂ ਕੋਲ ਵਿਚਾਰੇ ਉਹ ਵੀ ਗਰੀਬ ਕਿਸਾਨ ਨੇ ਜਿਨ੍ਹਾਂ ਕੋਲ 5-5-4-4 ਕਿੱਲੇ ਪੈਲੀ ਸਰ ਵੀ ਮੱਚ ਗਈ, ਜਾਂ ਉਸ ਪਰਿਵਾਰ ਨੇ ਜਿਨ੍ਹਾਂ ਕੋਲ 68,000 ਨੂੰ 70,000 ਨੂੰ ਠੇਕੇ ਦੇ ਪੈਲੀ ਲਈ ਵੀ ਸੀ, ਉਹਨਾਂ ਦਾ ਕਿੱਡਾ ਵੱਡਾ ਨੁਕਸਾਨ ਹੈ। ਠੇਕਾ ਦੇ ਚੁੱਕੇ ਆ, ਆਹੀ 4 ਮਣ ਦਾਣੇ ਘਰੇ ਆਉਣੇ ਸੀਗੇ, ਇਹ ਸੜ ਕੇ ਮੱਚ ਗਏ। ਸੋ ਇੱਕ ਤਾਂ ਘੱਟੋ ਘੱਟ ਹੁਣ ਲੋਕਾਂ ਨੂੰ ਇਹਨਾਂ ਲੀਡਰਾਂ ਕੋਲ ਸਵਾਲ ਪੁੱਛਣੇ ਚਾਹੀਦੇ ਆ, ਵੈਸੇ ਹੋ ਵੀ ਰਿਹਾ। ਹੁਣ ਇੱਥੇ ਖੁੱਡੀਆਂ ਸਾਹਿਬ ਕਹਿੰਦੇ ਆ, ਕਈ ਪਿੰਡਾਂ 'ਚ ਖੁੱਡੀਆਂ ਸਾਹਿਬ ਦਾ ਵਿਰੋਧ ਹੋਇਆ, ਉਹਨਾਂ ਨੇ ਮੁੰਡੇ ਦਾ ਵਿਰੋਧ ਹੋਇਆ, ਉਹ ਲੋਕਾਂ ਨੂੰ ਪੁੱਛਦੇ ਆ ਕਿ ਵਿਰੋਧ ਕਿਉਂ ਹੋਇਆ। ਭਾਈ ਸਾਹਿਬ ਖੇਤੀਬਾੜੀ ਮੰਤਰੀ ਹੋ, ਤੁਹਾਡੇ ਇਲਾਕੇ ਦਾ ਇਹ ਏਰੀਆ ਤੁਹਾਡਾ ਇਲਾਕਾ ਹੈ,
ਨੇੜੇ ਰਹਿੰਦੇ ਹੋ ਇਹਨਾਂ ਲੋਕਾਂ ਦੀ ਆ ਕੇ ਸਾਰ ਲਈ ਬਾਤ ਪੁੱਛੀ ਕਿਸੇ ਨੇ ਆ ਕੇ ਪਰ ਲੋਕ ਵਿਰੋਧ ਹੀ ਕਰਨਗੇ ਸੋ ਇਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਇਹਨਾਂ ਨੂੰ ਘੇਰ ਕੇ ਸਵਾਲ ਪੁੱਛੋ ਜਿਹੜੇ ਵੱਡੇ ਵੱਡੇ ਗੱਪ ਮਾਰ ਕੇ ਏਡਾ ਵੱਡਾ ਬਹੁਮਤ ਲੈ ਕੇ ਆਏ ਆ ਸੋ ਇਹ ਅਪੀਲ ਆ ਸਰਕਾਰ ਨੂੰ ਵੀ ਭਾਂਸਿਆਂ ਤੈਨੂੰ ਵੀ ਕਹਿਣਾ ਚਾਹੁੰਦੇ ਆ ਵੀ ਇੱਧਰ ਨੂੰ ਮਾੜਾ ਜਿਹਾ ਹੁਣ ਘੁਮਾ ਗੱਡੀ ਆਹ ਦੇਖ ਆ ਕੇ ਲੋਕਾਂ ਦੇ ਨਾਲ ਭੁੱਦਾ ਪਿੰਡ ਆ ਸ਼ਾਇਦ ਤੈਨੂੰ ਪਤਾ ਲੱਗ ਗਈ ਗਾ ਸੀ ਏ ਡੀ ਤੇਰੇ ਕੋਲ ਪਲ ਪਲ ਦੀ ਜਾਂਦੀ ਆ ਕਿੱਥੇ ਕੀ ਨੁਕਸਾਨ ਹੋਇਆ ਕਿੱਥੇ ਕੀ ਨੁਕਸਾਨ ਹੋਇਆ ਇੱਥੇ ਕੱਲ੍ਹ ਦਾ ਤੇਰਾ ਕੋਈ ਇੱਥੇ ਤੇਰਾ ਮੰਤਰੀ ਅਧਿਕਾਰੀ ਉਹ ਤੇਰੇ ਮਾੜੇ ਮੋਟੇ ਅੱਜ ਫਿਰਦੇ ਆ ਕੱਲ੍ਹ ਤੇਰਾ ਇੱਥੇ ਭੱਲਾ ਵੀ ਆਇਆ ਸੀਗਾ ਜਿਹੜਾ ਹਲਕਾ ਇੰਚਾਰਜ ਲਾਇਆ ਹੋਇਆ ਉਹ ਵੀ ਇੱਥੇ ਆ ਕੇ ਇੱਕ ਵਾਰੀ ਬੋਲੀ ਪ੍ਰਸ਼ਾਸਨ ਦੀ ਬੋਲ ਕੇ ਅਤੇ ਇੱਥੋਂ ਨਿਕਲ ਗਿਆ ਲੋਕਾਂ ਨੇ ਜ਼ਰੂਰ ਉਹਦਾ ਘਰਾਓ ਕੀਤਾ ਘਰਾਓ ਵੀ ਇਸ ਕਰਕੇ ਕੀਤਾ ਲੋਕ ਪੁੱਛਣਾ ਚਾਹੁੰਦੇ ਸੀ ਵੀ ਕੀ ਸਾਡੇ ਨਾਲ ਆ ਜਾਂ ਪ੍ਰਸ਼ਾਸਨ ਨਾਲ ਹੋਰ ਬਾਈ ਗੱਲਬਾਤ ਕੋਈ ਇਹ ਸਾਰੇ ਉਹ ਖੜੇ ਨੇ ਭਰਾ ਜਿਨ੍ਹਾਂ ਦੇ ਬਈ ਇਹ ਖੇਤ ਮੱਚੇ ਆ ਫਸਲ ਮੱਚੀ ਆ ਕਣਕ ਗੱਲਬਾਤ ਤਾਂ ਬਈ ਸਾਡੀ ਤਾਂ ਮੰਗ ਇਹੀ ਸੀ ਕੱਲ੍ਹ ਵੀ ਅਤੇ ਹੁਣ ਵੀ ਅਸੀਂ ਥਾਣੇ ਉੱਥੇ ਬੈਠਾ ਸਾਡਾ ਪਿੰਡ ਸਾਰਾ ਥਾਣੇ ਦੇ ਗੇਟ 'ਤੇ ਵੀ ਜਾਂ ਤਾਂ ਸਾਨੂੰ ਜਿਹੜਾ ਮਾਰਿਆ ਸਾਡਾ ਫੁੱਤ ਦਿਓ ਤੁਰਤ ਕਿਉਂਕਿ 60,000 ਦਾ ਮਿਨੀਮਮ ਨੁਕਸਾਨ ਹੈ ਚੰਗੇ ਝਾੜ ਸੀ ਕਣਕਾਂ ਦੇ 22-24 ਕੁਇੰਟਲ ਨਗਦ ਮਿਲ ਗਈ ਜਾਂਦੀਆਂ ਵੀ ਸਾਡਾ ਦੇ ਦਿਓ ਜਿੰਨੇ ਘਰ 8-10 ਘਰ ਬਣਦੇ ਹੈ ਵਿੱਚ ਗਰੀਬ ਪਰਿਵਾਰ ਹੈ ਠੇਕੇ ਦੇ ਵਾਲੇ ਵੀ ਹੈਗੇ ਆ ਵਿੱਚ ਉਹ ਦੇਣ ਦਾ ਹੱਕ ਆਉਂਦਾ ਜੇ ਤੁਸੀਂ ਨਹੀਂ ਦੇਣਾ ਤਾਂ ਨਹੀਂ ਦੇਣਾ ਤਾਂ ਇਹਦੇ 435 ਦੇ ਤਹਿਤ ਯੂਨੀਅਨ ਨੇ ਕਿਹਾ ਸੀਗਾ ਵਕੀਲ ਨੇ ਰਾਏ ਕਰਕੇ ਵੀ 435 ਦੇ ਤਹਿਤ ਇਹਦੇ ਬਿਜਲੀ ਬੋਰਡ 'ਤੇ ਪਰਚਾ ਕੱਟ ਦਿਓ ਕਿਉਂਕਿ ਜਿਹੜੀ ਸੁੱਚ ਤੋਂ ਅੱਗ ਪਈ ਹੈ ਇਸ ਤੋਂ ਲਾਈਨ ਤੋਂ ਇਹ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਪਈ ਅਣਗਹਿਲੀ ਦੇ ਕਾਰਨ ਇਹ ਵੀ ਰਿਸਪੋਂਸੀਬਲ ਬਿਜਲੀ ਬੋਰਡ ਹੀ ਬਣਦਾ ਅਸੀਂ ਆਪਦੀ ਇੱਕ ਧਿਰ ਵੱਲੋਂ ਪਰਚਾ ਦਰਜ ਕਰਾਵਾਂਗੇ ਹੁਣ ਉਹ ਜਿਹੜਾ ਪ੍ਰਸ਼ਾਸਨ ਹੈ ਉਹ ਬਿਜਲੀ ਬੋਰਡ ਦੀ ਮਤਲਬ ਕਿ ਸਾਈਡ ਲੈ ਰਿਹਾ ਪਰਚਾ ਨਹੀਂ ਕੱਟ ਰਿਹਾ ਉਹ ਸਾਨੂੰ ਕੱਲ੍ਹ ਸ਼ਾਮ ਦੇ ਮੰਨ ਲਓ ਕੱਲ੍ਹ 4 ਵਜੇ ਦੇ ਬੈਠੇ ਰਾਤ ਮੀਂਹ 'ਚ ਬੈਠੇ ਰਹੇ 10 ਵਜੇ ਮੀਂਹ ਆ ਗਿਆ ਮੀਂਹ 'ਚ ਵੀ ਬੈਠੇ ਰਹੇ ਹਾਂ ਵੀ ਉਹਨਾਂ ਦਾ ਜੇਲ ਕਰਨ ਵਾਲਾ ਕੰਮ ਅੱਗੇ 427 ਦੇ ਅੰਡਰ ਕਿਹਾ ਸੀਗਾ ਜੀ ਤੁਸੀਂ ਪਰਚਾ ਕੱਟੋ ਅਸੀਂ ਅਦਾਲਤ 'ਚ ਜਾ ਕੇ ਦੇਖਣਾ ਅਦਾਲਤ 'ਚ ਸਾਡੇ ਨਾਂ ਦਮ ਹੋਇਆ ਸਾਡੇ ਪਰਚੇ 'ਚ ਅਦਾਲਤ ਖਾਰਜ ਕਰ ਤੁਸੀਂ ਘਰੇ ਆ ਜਾਂਗੇ ਜਾਂ ਖਾਲੀ ਹੱਥ ਹੋਣਾ ਖਾਲੀ ਹੱਥ ਹੋ ਆ ਜਾਂਗੇ ਹੁਣ ਸਾਡੀ ਤਾਂ ਇਹੀ ਮੰਗ ਹੈ ਵੀ ਸਾਨੂੰ ਮੁੜ ਕੇ ਜੀ ਇਹ ਕਹਿੰਦੇ ਇਹ ਤੁਸੀਂ ਜੋ ਸਾਨੂੰ ਡਿਪਟੀ ਸਾਹਿਬ ਕਹਿੰਦੇ ਜੀ ਪਰਸਨਲ ਮੈਟਰ ਬਣ ਜੂਗਾ ਡੀਐਸਪੀ ਸਾਹਿਬ 'ਤੇ ਹੋ ਜੂਗਾ ਅਸੀਂ ਕਿਹਾ ਜੀ ਅਸੀਂ ਕੋਈ ਪਰਸਨਲ ਨਹੀਂ ਕਰਨਾ ਚਾਹੁੰਦੇ ਪਰਚਾ ਅਸੀਂ ਕਰਨਾ ਚਾਹੁੰਦੇ ਬਿਜਲੀ ਬੋਰਡ 'ਤੇ ਉਹ ਤਾਂ ਬਿਜਲੀ ਬੋਰਡ ਨੇ ਦੇਖਣਾ ਵੀ ਇਸ ਚੀਜ਼ ਦਾ ਰਿਸਪੋਂਸੀਬਲ ਇੱਥੇ ਬੰਦਾ ਕੌਣ ਸੀ ਕਿਹਦੇ ਕਿਹੜਾ ਅਧਿਕਾਰੀ ਸੀਗਾ ਕਿਉਂਕਿ ਬਈ ਲਾਈਨ ਚੱਲਦੀ ਹੈ ਲਾਈਨ ਦਾ ਚੈੱਕ ਕਰਨਾ ਆਹੀ 1-20 ਦਿਨ ਹੁੰਦੇ ਆ ਮੁੜ ਕੇ ਤਾਂ ਲਾਈਨਾਂ ਚੱਲੀ ਜਾਂਦੀਆਂ ਕਿਉਂਕਿ ਅਸੀਂ ਆਪ ਵੀ ਨਾਲ ਲਾ ਕੇ ਲਾਈਨਾਂ ਠੀਕ ਕਰਾਉਣੇ ਕਿਉਂਕਿ ਇਦੂ ਬਾਅਦ ਝੋਨੇ ਵਾਸਤੇ ਲੋੜ ਹੈ ਮੁਲਕਾਂ ਦੀ ਲਾਈਨਾਂ ਚੈੱਕ ਕਰਨ ਹੱਕ ਸੀ ਵੀ ਕਿਉਂ ਉੱਥੇ ਚੰਗਾੜੇ ਕਿਉਂ ਨਿਕਲਦੇ ਕਿਉਂ ਸਪਾਰਕ ਵਜਿਆ ਕੀ ਕਿਤੇ ਅੱਗੇ ਫਾਲਟ ਹੈ ਪਿੱਛੇ ਫਾਲਟ ਆ ਉਹ ਚੈੱਕ ਕਰਨਾ ਮੈਂ ਕਿਵੇਂ ਦਾ ਹੱਕ ਬਣਦਾ ਹੁਣ ਸਾਡੀ ਇਹੀ ਮੰਗ ਹੈ ਹੁਣ ਸਾਡੀ ਉੱਥੇ ਮੀਟਿੰਗ ਚੱਲੀ ਸਾਡੇ ਬੈਠੇ ਆ ਪਿੰਡ ਦੇ ਵੀ ਲੋਕ ਅਤੇ ਯੂਨੀਅਨ ਦੇ ਵੀ ਹੈਗੇ ਨੁਮਾਇੰਦੇ ਉੱਥੇ ਸਾਡੀ ਮੀਟਿੰਗ ਚੱਲ ਰਹੀ ਸੀ ਉਹਨਾਂ ਨਾਲ ਡਿਪਟੀ ਸਾਹਿਬ ਨਾਲ SDO ਸਾਹਿਬ ਵੀ ਸੀਗੇ ਤਹਿਸੀਲਦਾਰ ਵੀ ਸੀਗੇ ਉੱਥੇ ਹੁਣ SDO ਸਾਹਿਬ ਦੇ ਆਪਦੇ ਬੇਸ 'ਤੇ ਪਤਾ ਕਰ ਰਹੇ ਹਾਂ ਵੀ ਅਸੀਂ ਦੇਖਦੇ ਤੁਹਾਨੂੰ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਹਾਂ ਅਸੀਂ ਅੱਗੇ ਮੰਗ ਰੱਖੀ 60,000 ਰੁਪਏ ਦੀ ਕਿਉਂਕਿ ਇੰਨਾ ਬਣਦਾ ਹੀ ਬਣਦਾ ਇਹ 'ਚ ਕੋਈ ਵੱਧ ਨਹੀਂ ਕੋਈ ਘੱਟ ਨਹੀਂ ਇਹਦੇ 'ਚ ਸਰਕਾਰ ਲਈ ਤਾਂ ਬਹੁਤ ਥੋੜ੍ਹੀ ਜਿਹੀ ਰਕਮ ਆ ਪਰ ਭਾਂਸਿਆਂ ਇੱਥੇ ਥੱਲੇ ਗਰਾਊਂਡ 'ਤੇ ਕੀ ਹੋ ਰਿਹਾ ਜਿਹੜਾ ਤੂੰ ਕਹਿੰਦਾ ਰਿਹਾ ਕਿ ਸਰਕਾਰਾਂ ਥੱਲਿਓਂ ਚੱਲਣਗੀਆਂ ਪਿੰਡਾਂ 'ਚੋਂ ਸੱਥਾਂ 'ਚੋਂ ਮੁਹੱਲਿਆਂ 'ਚੋਂ ਕਸਬਿਆਂ 'ਚੋਂ ਇਹ ਲੋਕਾਂ ਦਾ ਹਾਲ ਪੁੱਛਿਆ ਕੀ ਨਾ ਤੇਰਾ ਕੋਈ ਮੰਤਰੀ ਨਾ ਸੰਤਰੀ ਕੋਈ ਨਹੀਂ ਪਹੁੰਚਦਾ ਇੱਥੇ ਬੁਰਾ ਹਾਲ ਆ ਲੋਕਾਂ ਦਾ ਇਸ ਕਰਕੇ ਲੋਕਾਂ ਨੂੰ ਮੈਂ ਫਿਰ ਅਪੀਲ ਕਰਦਾ ਕਿ ਲੋਕੋ ਹੁਣ ਤੁਹਾਡੇ ਕੋਲ ਆਹ ਮੌਕਾ ਹੈਗਾ ਮਹੀਨਾ ਜ਼ਰੂਰ ਇਹਨਾਂ ਲੋਕਾਂ ਨੂੰ ਘੇਰ ਕੇ ਸਵਾਲ